ਉਹਨਾਂ ਨੇ ਚੈਲੰਜ ਕੀਤਾ ਸੀ, ਤੁਸੀਂ ਐਕਸੈਪਟ ਨਹੀਂ ਕੀਤਾ, ਉਹਦੀ ਵਜ੍ਹਾ ਕੀ ਸੀ? 50 ਬੱਚਿਆਂ ਦੇ ਵਿੱਚ 2 ਬੱਚੇ ਚੰਬੀ ਛੱਡੋ ਜਿਹੜੇ ਤੁਹਾਡੇ ਘਰ, ਮੈਂ ਕਹਿੰਦਾ ਤੁਹਾਡੇ ਤੇ ਮੈਂ ਆ ਗਿਆ ਨਾ। ਹਾਂਜੀ ਹਾਂਜੀ, ਮੈਂ ਤਾਂ ਦੇਖ ਗਿਆ ਮੇਰੀ ਕੰਡ ਲੱਗ ਗਈ, 3 ਪਾਰ ਨੇ ਇਹਦੇ ਚ। ਦੇਖੋ ਨਾ ਜੋੜਾ ਹੈ, ਐਂ ਕਰਕੇ ਐਂ ਲਾਣਾ ਹੈ, ਐਂ ਦੀ ਚੰਬੀ ਕਬੂਤਰ ਕੱਢਣਾ ਹੈ। ਉਹਨਾਂ ਲੈਂਡ ਬਰੀਡ ਹੈ ਕੀ ਹੈ ਥੋੜਾ ਜਿਹਾ ਦੱਸੋ। ਹਾਂ ਇਹ ਗੱਲ ਬੇਟੇ ਬੜੀ ਅੱਛੀ ਬੰਦਾ ਦਾ ਹੋ ਗਿਆ ਨਾ, ਪ੍ਰੈਕਟਿਸ ਹੋ 40 ਸਾਲ ਬੇਟੇ ਲਾਈ ਨੇ। ਮੈਂ ਜੋਰੇ ਲਾਣਾ ਇੰਨਾ ਮੁਸ਼ਕਲ ਕੰਮ ਨਹੀਂ ਹੈਗਾ, ਖੁਦ ਵੀ ਲਾ ਸਕਦੇ ਨੇ, ਕੋਈ ਥੋੜੀ ਜਿਹੀ ਹਿੰਟ ਵੀ ਦਿਓ ਨਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਵਾਂਸ ਅਗੇਨ ਵੈਲਕਮ ਬੈਕ। ਤੋ ਦੋਸਤੋ ਯੇ ਬਾਬਾ ਜ਼ੁਲਫ਼ਕਾਰ ਸਾਹਿਬ ਕੇ ਪਾਸ ਆਏ ਹੈਂ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ, ਕੀ ਹਾਲ ਚਾਲ ਨੇ ਬਾਬਾ ਜੀ? ਅਲਹਮਦੁਲਿਲ੍ਲਾਹ ਬੇਟਾ, ਅੱਲਾ ਹਾਫਿਜ਼। ਤੇ ਬਾਬਾ ਜੀ ਤੁਹਾਡੀ ਤਜ਼ੀਅਤ ਲੈਣ ਆਏ ਸੀ, ਠੀਕ ਹੈ? ਦੇਖੋ ਜੀ, ਅਸੀਂ ਆਉਣਾ ਕਾਫੀ ਦੇਰ ਪਹਿਲੇ ਸੀ, ਲੇਕਿਨ ਘਰੇਲੂ ਕੰਮਾਂ 'ਚ ਫਸੇ ਹੋਇਆ ਸਾਂ, ਤੇ ਜਿਸ ਤਰ੍ਹਾਂ ਹੀ ਸਾਨੂੰ ਟਾਈਮ ਮਿਲਿਆ ਸੀ ਤੁਹਾਡੇ ਕੋਲ ਹਾਜ਼ਰ ਹੋ ਗਿਆ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਅਸੀਂ ਕਿਹਾ ਚਲੋ ਬਾਬਾ ਜੀ ਦੀ ਜਾ ਕੇ ਤਜ਼ੀਅਤ ਦਾ ਪਤਾ ਲੈ ਕੇ ਆਈਏ, ਹੋਰ ਬਾਕੀ ਸਭ ਖੈਰੀਅਤ ਹੈ? ਤੇ ਦੋਸਤੋ ਭਾਈਓ, ਅਸੀਂ ਆਏ ਆ, ਬਾਬਾ ਜੀ ਬਹੁਤ ਜ਼ਿਆਦਾ ਖੁਸ਼ ਹੋਏ ਨੇ। ਬੜੀ ਬਾਬਾ ਜੀ ਸਟੈਂਡ ਦੇ ਸਹਾਰੇ ਹੁਣ ਚੱਲ ਲੈਂਦੇ ਨੇ। ਤੇ ਬਾਬਾ ਜੀ ਕਾਫੀ ਦੋਸਤ ਮੁੰਤਜ਼ਰ ਹੈਗੇ ਸੀ ਕਿ ਹੁਣ ਵੇਖੋ ਤੁਸੀਂ ਜਾ ਨੀ ਰਹੇ, ਘਰੀ ਆ ਰਹੇ, ਜੋੜੇ ਵੀ ਜਿਹੜੇ ਨੇ ਘਰੀ ਬੈਠੇ ਲਵਾ ਆਉਂਦੇ ਨੇ ਜੋੜੇ ਨਾ, ਮੇਰੇ ਕੋਲ ਹਫ਼ਤੇ ਦੇ ਪੰਜ ਪਾਰਟੀਆਂ ਆਈਆਂ ਹੋਈਆਂ ਜੋੜੇ ਲੈ। ਸਹੀ ਹੋ ਗਿਆ, ਤੇ ਕਾਰ ਤੋਂ ਹੀ ਮੇਰੇ ਕੋਲ ਕਬੂਤਰ, ਮੇਰੇ ਕੋਲ ਕਬੂਤਰ 50-60 ਜੋੜਾ ਹੈ, ਉਹ ਤਾਂ ਤੁਹਾਨੂੰ ਦੱਸਾਂਗੇ। ਤੇ ਬਾਬਾ ਜੀ ਅਸੀਂ ਨਾ ਵੀਡੀਓ ਬਣਾਈ ਸੀ, ਦੇਖੋ ਜੀ ਅਸੀਂ ਤੁਹਾਡੇ ਕੋਲ ਆਏ ਹਾਂ, ਅਸੀਂ ਤੁਹਾਡੇ ਨਾ ਬਾਰੇ ਚ ਵੀਡੀਓ ਬਣਾਈ ਸੀ, ਚੈਲੰਜ ਕੀਤਾ ਸੀ ਉਸਤਾਦ ਭਾਈ ਸਾਹਿਬ ਨੇ ਔਰ ਉਸਤਾਦ ਅਸਗਰ ਸਾਹਿਬ ਨੇ ਔਰ ਕਾਫੀ ਸਾਡੇ ਸੀਨੀਅਰ ਉਸਤਾਦ ਹੈਗੇ ਨੇ, ਬੜੇ ਪਿਆਰ ਮੁਹੱਬਤ ਵਾਲੇ ਮੇਰੇ ਉਸਤਾਦ ਹੈਗੇ ਨੇ। ਉਹਨਾਂ ਨੇ ਚੈਲੰਜ ਕੀਤਾ ਸੀ, ਤੁਸੀਂ ਐਕਸੈਪਟ ਨਹੀਂ ਕੀਤਾ, ਉਹਦੀ ਵਜ੍ਹਾ ਕੀ ਸੀ? ਚੈਲੰਜ ਤੇ ਉਸ ਨੂੰ ਕਰੀ ਜਾਣਾ ਕਿ ਉਹ ਆਪ ਹੀ ਕਰਨਾ, ਇਹ ਦੇਖਣਾ ਆਵਾਜ਼ ਆਈ ਹੈ ਨਾ। ਜੀ ਜੀ, ਹੁਣ ਆਵਾਜ਼ ਆਈ ਹੈ ਨਹੀਂ, ਦੋਨਾਂ ਥਾਣਾ ਤਾਲੀ ਵੱਜਦੀ ਹੈ, ਤਾਲੀ ਦੋ ਥਾਣਾ ਵੱਜਦੀ ਹੈ, ਬਿਲਕੁਲ। ਕੀ ਕਰਨਾ ਸੀ ਮੇਰੇ ਨਾਲ? ਘੁਲਣਾ ਹੈ ਤਾਂ ਆਪਾਂ ਆਪਸ ਹੀ ਘੁਲਣਾ ਹੈ ਨਾ, ਮੁਕਾਬਲਾ ਹੈ ਨਾ ਬੇਟੇ, ਐਸੇ ਤਰ੍ਹਾਂ ਹੀ ਹੈ। ਉਹਨਾਂ ਕਿਹਾ ਕਿ ਅਸੀਂ ਵੀ ਕੱਢਾਂਗੇ ਮੁਕਾਬਲਾ ਬੇਟੇ, ਐਂ ਨਹੀਂ। 50 ਬੱਚਿਆਂ ਦੇ ਵਿੱਚ 2 ਬੱਚੇ ਚੰਬੀ ਛੱਡੋ ਜਿਹੜੇ ਤੁਹਾਡੇ ਘਰ ਦੇ ਨੇ, ਤੁਹਾਨੂੰ ਪਤਾ ਹੈ, ਸਾਰੇ ਨੰਬਰ ਪਾ ਦਿਓ, ਉਹਨਾਂ 2 ਨੰਬਰ ਪਾ ਕੇ ਮੁਨਸਮਾਂ ਦੇ ਦਿਓ। ਸਹੀ ਹੋ ਗਿਆ, ਤੇ 50 ਬੱਚਿਆਂ 'ਚੋਂ 2 ਬੱਚੇ ਕੱਢਣ ਦੀ ਚੰਬੀ ਨੇ ਸਾਡੇ, ਤੁਹਾਨੂੰ ਪਤਾ ਕਿ ਬੱਚੇ ਸਾਡੇ ਪੈਂਦੇ ਨੇ, ਤੁਹਾਨੂੰ ਨਹੀਂ ਪਤਾ, ਅਗਲੇ ਬੰਦੇ ਨੂੰ ਪਤਾ, ਹੁਣ ਸਭ ਨੂੰ ਕੋਲ ਨੰਬਰ ਦੇ ਦੇਣੇ ਨੇ, ਤੁਸੀਂ ਕੱਢ ਦੇਣੇ ਨੇ ਜੀ। ਮੈਂ ਨਾ ਕੱਢੇ ਤੇ ਮੈਂ ਹਾਰ ਗਿਆ ਨਾ। ਹਾਂਜੀ ਹਾਂਜੀ, ਮੈਂ ਤਾਂ ਡਿੱਗ ਗਿਆ, ਮੇਰੀ ਕੰਡ ਲੱਗ ਗਈ, ਜਿਹਨੇ ਕੱਢ ਲਏ ਨੇ ਉਹ ਜਿੱਤ ਗਏ, ਤੁਸੀਂ ਫਿਰ ਜਿੱਤ ਗਏ, ਤੇ ਮੈਂ ਤੁਹਾਡੀ ਛੱਤ ਤੇ ਆਉਣਾ। ਜੀ ਜੀ, ਮੈਨੂੰ ਕੋਈ ਪਤਾ ਨਹੀਂ ਤੁਹਾਡੀ ਛੱਤ ਤੇ ਚੰਗੇ ਕਬੂਤਰ ਕਿਹੜੇ ਨੇ, ਬਿਲਕੁਲ, ਕਿਹੜੇ ਬੱਚੇ ਗਾਰਾਂ ਤੇ ਕਿਹੜੇ ਇੰਜ ਕਰਦੇ ਨੇ ਹਰਕਤਾਂ, ਇਸੇ ਤਰ੍ਹਾਂ ਹੀ ਉਹਨੇ ਵੀ ਕੱਢਣੇ ਤੇ ਮੈਂ ਵੀ ਕੱਢਣੇ, ਪਹਿਲੇ ਉਹ ਕੱਢ ਲੈਣ ਫਿਰ ਮੈਂ ਕੱਢ ਲਾਂ, ਫਿਰ ਇੱਕ ਹੋਰ ਗੱਲ ਹੈ। ਜੀ ਜੀ, ਮੁਕਾਬਲਾ ਅਗਰ ਤੁਸੀਂ ਇੰਜ ਵੀ ਕਰਨਾ ਨਾ, ਦੇਖੋ ਨਾ ਇਹ 3 ਪਾਰ, ਇਹ 3 ਪਾਰ ਨੇ, ਇਹਦੇ ਚ ਦੇਖੋ ਨਾ ਨਾਵਾਂ ਵੱਡਾ ਹੈ, ਬਿਲਕੁਲ, 10ਵਾਂ ਛੋਟਾ ਹੈ, 8ਵਾਂ ਛੋਟਾ ਹੈ, ਇਹ ਉੱਤੋਂ ਕੱਢ ਦਿਓ, 3 ਕੱਢਦੇ, ਇਹ ਗਰਦਨ ਤੇ ਕੱਪੜਾ ਲਾ ਕੇ ਇੱਥੇ ਟੇਕ ਲਾ ਦਿਓ, ਬਿਲਕੁਲ, ਅੱਖਾਂ ਵੀ ਬੰਦ, ਹੁਣ ਦੋ ਵੀ ਕੱਢ ਦਿਓ, ਸਹੀ ਹੋ ਗਿਆ, ਇੱਕ ਪਰ ਹੁਣ ਦੋ ਪਰ, ਇਹ ਪਹਿਲੀ ਪਰੀ ਹੈ,
ਵੱਡੀ ਏ ਪਰੀਆਂ ਤੋਂ, ਇਹ ਵੀ ਦੋ ਪਰੀਆਂ ਕੱਟ ਦੇ। ਹਾਂਜੀ ਉਹ ਇਹਦਾ ਮੂਸਾ ਤਾਂ ਬੇਟੇ ਇੱਥੋਂ ਚੰਪੀ ਕਬੂਤਰ ਕੱਢੋ ਜੀ, ਸਾਲਾ ਚੰਪੀ ਕਬੂਤਰ ਤੇ ਚੰਪੀ ਜੋੜਾ ਲੱਗਿਆ, ਇੰਜ ਜੋੜਾ ਲਾਉਣਾ, ਜੋੜਾ ਇੰਜ ਕਰਕੇ ਇੰਜ ਲਾਉਣਾ, ਇੰਜ ਚੰਪੀ ਕਬੂਤਰ ਕੱਢਣਾ। ਜਾਂ ਫਿਰ ਇੱਕ ਹੋਰ ਬੜੀ ਵੱਡੀ ਗੱਲ ਕਰ ਲਓ, ਅੱਖ ਤੇ ਪੱਟੀ ਬੰਨ ਕੇ ਚੰਪੀ ਕੱਢ ਲਓ, ਆਪਣੀ ਅੱਖ ਤੇ ਪੱਟੀ ਬੰਨ ਲਓ, ਬਾਕੀ ਉਹਨਾਂ ਨੂੰ ਛੱਡ ਦਿਓ, ਛੱਡ ਦੋਨਾਂ ਨੇ ਕੱਢਣਾ। ਇਹ ਨਹੀਂ ਕਿ ਇੰਜ ਦਸ ਮਾਰਦੀਆਂ ਦਸ ਮਾਰਦੀਆਂ, ਇਹ ਵੀ ਤੂੰ ਗੱਲ ਹੈ ਕਰਨ ਵਾਲੀ, ਇਹ ਗੱਲ ਇੰਜ ਨਹੀਂ ਹੈ। ਮੈਂ ਤੁਹਾਡੀ ਤੁਹਾਡੀ ਛੱਤ ਤੇ ਤੁਸੀਂ ਤੁਸੀਂ ਆਪ ਖੁਦ ਇਮਾਨਦਾਰੀ ਨਾਲ ਗੱਲ ਕਰੋ ਜੀ, ਇਹ ਬਾਬੇ ਦੀ ਆ ਗਈ ਜੀ ਮੇਰੀ ਛੱਤ ਤੇ, ਉਹਦੇ ਚੰਪੀ ਕਬੂਤਰ ਬੱਚੇ ਕੱਢੋ ਚੰਪੀ, ਫਿਰ ਜਿਹੜਾ ਚੰਪੀ ਜੋੜਾ ਹੈ ਉਹਦੇ ਬੱਚੇ ਕੱਢਣੇ। ਸਹੀ ਹੋ ਗਿਆ, ਮੈਂ ਇੱਥੇ ਲੋਕਾਂ ਕੋਲ ਜਾਂਦਾ ਨਾ, ਉਹਦੇ ਚੰਪੀ ਕੱਢਦਾ, ਉਹਦੇ ਬੱਚੇ ਵੀ ਕੱਢੀ ਦੇ, ਜੋੜੇ ਲਾਏ ਦੇ, ਉਹਦੇ ਚੰਪੀ ਕਬੂਤਰ ਲਾਦਾ, ਕਰੋ ਪਾਗਲ ਨੇ। ਅੱਛਾ ਬਾਬਾ ਜੀ ਇੱਕ ਚੀਜ਼ ਤੁਸੀਂ ਬਾਰ ਬਾਰ ਕਰਦੇ ਹੋ, ਹਾਂ ਤੁਸੀਂ ਹਰ ਚੀਜ਼ ਦੇ ਵਿੱਚ ਕਹਿੰਦੇ ਹੋ ਕਿ ਲੈਨ ਬਰੀਡ, ਹਾਂ ਹਾਂ ਲੈਨ ਬਰੀਡ ਦਾ ਤੁਸੀਂ ਬਹੁਤ ਜ਼ਿਆਦਾ ਜ਼ਿਕਰ ਕਰਦੇ ਹੋ, ਹਾਂ ਉਹਨਾਂ ਲੈਨ ਬਰੀਡ ਹੈ ਕੀ ਹੈ ਥੋੜਾ ਜਿਹਾ ਦੱਸੋ। ਹਾਂ ਇਹ ਗੱਲ ਬੇਟੇ ਬੜੀ ਅੱਛੀ ਗੱਲ ਤੁਸੀਂ ਕੀਤੀ ਹੈ, ਬੜੀ ਬੜੀ ਦੁਨੀਆ ਨੇ ਕੀਤੀ ਗੱਲ, ਹਰ ਬੰਦਾ ਮੇਰੇ ਨਾਲ ਕਰਦਾ। ਲਾਈਨ ਬਰੀਡ ਬੇਟੇ ਉਹ ਹੁੰਦੀ ਹੈ ਕਿ ਇੱਕ ਕਬੂਤਰ ਦੀ ਬ੍ਰੀਡਰ ਕਬੂਤਰ ਹੁੰਦਾ ਜਿਹੜਾ ਖਾਸ, ਇੱਕ ਇੱਕ ਹੁੰਦਾ ਪਹਿਲਵਾਨ ਛੋਟੇ ਹੁੰਦੇ, ਇੱਕ ਵੱਡੇ ਪਹਿਲਵਾਨ ਹੁੰਦੇ, ਬਿਲਕੁਲ ਯਾਨੀ ਕਿ ਇੱਕ ਗਾਂ ਪਹਿਲਵਾਨ ਹੈ ਰੁਸਤਮ, ਦੁਨੀਆ ਉਹਨੀ ਹਰਾ ਸਕਦੀ। ਮੈਂ ਉਹ ਲਾਈਨ ਬਰੀਡ ਵਾਲੇ ਕਹਿੰਦਾ 97-98 ਤੇ 100 ਏ, ਉਹਦਾ ਮੈਂ ਨੀਲਾ ਮੈਂ ਬੇਟੇ, ਲੇਕਿਨ ਅਗਰ ਉਹ ਅੱਖ ਬੰਦ ਵੀ ਕਰ ਦਿਓ ਨਾ, ਹੈ ਹੁਣ ਮੈਂ ਉੱਥੇ ਇੰਨੀ ਪ੍ਰੈਕਟਿਸ ਕੀਤੀ ਹੈ ਉਹਦੀ, ਮੈਂ ਪੰਜਿਆਂ 'ਚ ਲੈ ਆਵਾਂਗਾ, ਮਿਸਾਲ ਹੈ ਮਿਸਾਲ ਹੈ, ਮੈਂ ਪੰਜਿਆਂ 'ਤੇ ਲੈ ਆਵਾਂਗਾ, ਮੈਂ ਬਗਲਾਂ 'ਤੇ ਲੈ ਆਵਾਂਗਾ, ਮੈਂ ਇੰਨੀ ਪ੍ਰੈਕਟਿਸ ਕੀਤੀ ਹੈ ਵੀ ਉਹਦੇ ਸਾਰੇ ਮੈਂ ਕੱਢ ਦਿੱਤੇ ਪਾਰ, ਫਿਰ ਮੈਂ ਚੰਪੀ ਕੱਢ ਦਿਆਂ। ਉਹ ਕਿਸ ਤਰ੍ਹਾਂ ਕੱਢੋਗੇ? ਮਨ ਉਹ ਤਾਂ ਅੰਦਾਜ਼ਾ ਹੋ ਗਿਆ ਨਾ, ਪ੍ਰੈਕਟਿਸ ਹੋ 40 ਸਾਲ ਬੈਠੇ ਲਾਏ ਨੀ ਮੈਂ। ਅਗਰ ਤੁਸੀਂ ਉਹਦੀ ਅੱਖ ਵੀ ਬੰਨਦੀ ਹੈ, ਪਰ ਵੀ ਕੱਟਦੇ ਨੇ, ਫਿਰ ਕਿਸ ਤਰ੍ਹਾਂ ਕੱਟੋਗੇ? ਉਹ ਜਗ੍ਹਾ ਤੋਂ ਵੇਖਾਂਗਾ ਨਾ ਬੇਟੇ, ਉਹਦੇ ਜਿਸਮ ਤੋਂ, ਉਹਦੀ ਜਿਸਮ 'ਚ ਲਾਈਨ ਬਰੀਡ ਦਾ ਕੀ ਰੋਲ ਹੈ? ਉੱਥੇ ਇਹ ਸਾਰਾ ਕਬੂਤਰ ਤੇ ਲਾਈਨ ਬਰੀਡ ਦਾ ਜੋੜ ਕਿ ਇਹ ਕਬੂਤਰ ਨੂੰ ਇਹਦੀ ਹੱਡੀ ਨੂੰ, ਇਹ ਕਬੂਤਰ ਦੀ ਹੱਡੀ ਐਂ ਜਾ ਰਹੀ ਤੇ ਜੋੜ ਐਂ ਜੇ ਬੇਟੇ। ਅੱਛਾ ਇਹ ਬੇਟੇ ਇਹ ਗੱਲ ਸਮਝ ਜੇ, ਤੇ ਮੇਰਾ ਇਮਾਨ ਹੈ ਜਿਹੜੀ ਮੈਂ ਹੁਣ ਗੱਲ ਕਰ ਰਿਹਾ ਸਮਝੇ, ਮਨ ਇੰਨੀ ਪ੍ਰੈਕਟਿਸ ਹੋ ਗਈ ਹੈ ਕਿ ਮਨ ਪਤਾ ਲੱਗ ਜਾਂਦਾ ਇਹ ਕਬੂਤਰ ਜਿਹੜਾ ਨਾ ਇਹ ਚੰਪੀਅਨ ਤਬਾਹੀ ਮਚਾ ਦੇਗਾ, ਇੱਕ ਬੂਟਾ 97-98-100-95 ਐਵੇਂ ਨੀ ਕਰਵੇਂ ਨੀ ਕਹਿ ਦਿੰਦੇ ਜੀ ਮੈਂ ਹਨੇਰੀ ਵਾਲੇ ਜੋੜੇ ਕੱਢਦੇ ਨੇ, ਹਨੇਰੀ ਤੂਫਾਨ ਚਾਉਣੇ ਵਾਲੇ ਉਹ ਕਹਿੰਦੇ ਨਾਮਦੇ ਨੇ, ਇੱਥੇ ਅਸੀਂ ਚੰਪੀ ਬਣੇ ਆ। ਸਹੀ ਹੋ ਗਿਆ। ਤੇ ਬਾਬਾ ਜੀ ਜਿਹੜੇ ਸਾਡੇ ਕਾਫੀ ਦੋਸਤ ਖੁਆਇਸ਼ਮੰਦ ਹੈਗੇ ਨੇ, ਠੀਕ ਹੈ, ਤੇ ਤੁਹਾਡੀਆਂ ਫੀਸ ਕਿੰਨੀ ਹੈ? ਅਸੀਂ ਅੱਗੇ ਵੀ ਦੱਸਿਆ ਜੋੜੇ ਲਗਾਉਣ ਦੀ ਕਿੰਨੀ ਫੀਸ ਹੈ? ਮੈਂ ਬੇਟੇ ਮੈਂ ਤੇ ਅਗਰ ਕਿਸੇ ਨਾਲ ਜਾਵਾਂ ਨਾ, ਯਾਨੀ ਕਿ ਕੋਈ ਮਨ ਬੰਦਾ ਲੈ ਕੇ ਗਿਆ, ਯਾਨੀ ਕਿ ਸੁਲੇਮਾਨ ਲੈ ਗਿਆ, ਕੋਈ ਵੀ ਲੈ ਕੇ ਗਿਆ, ਨਾਮ ਕਿਸੇ ਦਾ ਨਹੀਂ ਲਾਂਗੇ, ਮਨ ਉਹਨਾਂ 15,000 ਦੇਣਾ, ਇਹ ਮੇਰਾ ਇਮਾਨ। ਸਹੀ ਹੋ ਗਿਆ, ਮਨ ਉਹਨਾਂ 15,000 ਦੇਣਾ, ਆ ਆਪਣੇ ਨਾਲ ਨਹੀਂ ਪਤਾ ਉਹਨਾਂ ਕਿੰਨੇ ਲੈਣੇ ਜਾਂ ਕਿੰਨੇ ਨਹੀਂ, ਇਹਦਾ ਮਨ ਨਹੀਂ ਲੰਬਾ। ਮੈਂ ਖੁਦ ਜਾਵਾਂ ਨਾ, ਮੈਂ ਕਿਸੇ ਕੋਲ 18, ਕਿਸੇ ਕੋਲ 20 ਜਾਂ ਕਿਸੇ ਕੋਲ 25 ਲੈ ਲੈਂਦਾ, ਮੈਂ ਇਸ ਤੋਂ ਜ਼ਿਆਦਾ ਨਹੀਂ। ਹਾਂ ਮੁਲਤਾਨ ਵਾਲੇ ਜਿਹੜੇ ਨੇ ਜੱਜ ਸਾਹਿਬ, ਉਹਨਾਂ ਕੋਲ ਮੈਂ 35 ਲਿਆ, 35,000 ਲਿਆ ਉਸਤਾਦ ਦਾ, 35,000 ਲਿਆ ਮੈਂ ਸੁਲੇਮਾਨ ਦੇ ਨਾਲ ਹੀ ਗਿਆ ਸਾਂ, ਮਨ 35 ਮਿਲਿਆ, 35 ਮਿਲਿਆ। ਇਹ ਮੇਰੀ ਗੱਲਾਂ ਸਾਰੀਆਂ ਸੱਚ ਹੋਣਗੀਆਂ, ਜਿਹੜਾ ਮਨ ਲੈ ਕੇ ਜਾਂਦਾ ਨਾ ਕੋਈ ਬੰਦਾ, ਉਹਨੇ ਆਪ ਮਨ ਸਿਰਫ 15 ਮਿਲਣਾ ਬੇਟੇ। ਸਹੀ ਹੋ ਗਿਆ, ਯਾਨੀ ਕਿ ਤੁਹਾਡੀ ਇਹ ਫੀਸ ਹੈ? ਮੇਰੀ ਫੀਸ ਹੈ 15, ਲੇਕਿਨ ਮੈਂ ਜਿਸਲੇ ਉਹਨਾਂ ਨਾਲ ਜਾਵਾਂ, ਗੱਡੀ ਦੇ ਕਾਰ ਤੇ ਲੈ ਕੇ ਜਾਂਦੇ ਨੇ, ਜਿਸਲੇ ਮੈਂ ਆਪ ਜਾਵਾਂ ਨਾ ਬੱਸ ਬੁਸ ਤੇ, ਫਿਰ ਮੈਂ 20,000-25,000 ਲੈਣਾ। ਸਹੀ ਹੋ ਗਿਆ, ਜਿਸਲੇ ਮੈਂ ਆਪ ਬੱਸਾਂ ਤੇ ਜਾਵਾਂ, ਉਹ ਕਾਰ ਤੇ ਲੈ ਜਾਣੇ ਮੈਂ 15 ਦਿੰਦੇ।
ਤੇ ਬਾਬਾ ਜੀ ਵੇਖੋ ਆ ਫੀਸ ਹੁਣ ਤੁਸੀਂ 20-25 ਹਜ਼ਾਰ ਲੈ ਰਹੇ ਹੋ, ਤੁਸੀਂ ਕੰਮ ਕੀ ਕਰਨਾ ਉੱਥੇ ਜਾ ਕੇ? ਮੈਂ ਜੋੜੇ ਲਾਉਣੇ ਨੇ ਉਹਨਾਂ ਦੇ ਸਰ। ਐਡਾ ਮੁਸ਼ਕਲ ਕੰਮ ਤੇ ਨਹੀਂ ਹੈਗਾ? ਨਹੀਂ ਮੁਸ਼ਕਲ ਤੇ ਅਗਰ 5-6 ਕਬੂਤਰ ਦੇ ਜੋੜੇ ਲਾਉਣਾ ਮੁਸ਼ਕਲ ਤੇ ਬੇਟੇ ਸਵੇਰ ਤੋਂ ਲੈ ਕੇ ਸ਼ਾਮ ਤੇ ਇੱਕ ਕਬੂਤਰ ਵੇਖਣਾ ਮੁਸ਼ਕਲ ਨਹੀਂ ਹੈ? ਮੁਸ਼ਕਲ ਹੈਗਾ, ਲੇਕਿਨ ਅੱਡਾ ਵੇਖੋ ਇੱਕ ਮਜ਼ਦੂਰ ਬੰਦਾ ਸੁਬਹ ਤੋਂ ਲੈ ਕੇ ਸ਼ਾਮ ਤੱਕ 2000 ਦੀ ਦਿਹਾੜੀ ਲਾ ਰਿਹਾ। ਉਹ ਤੇ ਇੱਕ ਬੰਦਾ 2000 ਦਿਹਾੜੀ ਲੈਂਦੇ, ਇੱਕ ਜੱਜ ਹੈ ਉਹ ਕੁਰਸੀ ਤੇ ਬੈਠਾ ਬੈਠੇ ਉਹ 1 ਲੱਖ ਦੀ ਦਿਹਾੜੀ ਲਾ ਰਿਹਾ, ਉਹ ਕਿਉਂ ਕਰ ਰਿਹਾ? ਮੈਨੇ ਤੁਸੀਂ ਜਵਾਬ ਦਿਓ ਨਾ। ਮਹਾਰਤ ਦੇ ਕੰਮ ਹੈ, ਫਨ ਹੈ ਉਹਦੇ ਕੋਲ, ਮੇਰੇ ਕੋਲ ਕੀ ਹੈ? ਫਨ ਹੈਗਾ ਬੇਟੇ, ਇਹ ਤਾਂ ਬੜੀ ਆਸਾਨ ਜੀ ਗੱਲ ਹੈ। ਮੇਰਾ ਬੇਟਾ ਇਹ ਤਾਂ ਬੜੀ ਆਸਾਨ ਜੀ ਗੱਲ ਹੈ, ਬੜੇ ਬੜੇ ਬੰਦੇ ਹੋਰ ਵੀ ਜੋੜੇ ਲਾ ਰਹੇ ਨੇ, ਤੁਸੀਂ ਲਾਈਨ ਬਰੀਡ ਦੀ ਗੱਲ ਕੀਤੀ। ਲੈਨ ਬਰੇਡ ਤੇ ਮੈਂ ਗੱਲ ਕੀਤੀ, ਹਲੇ ਗੱਲ ਉੱਥੇ ਹੀ ਹੈ। ਜੇ ਬੰਦੇ ਕਹਿ ਰਹੇ ਨੇ 20-20 ਦਾਇਰੇ ਨੇ, 18 ਦਾਇਰੇ ਨੇ, 12 ਦਾਇਰੇ ਨੇ, ਉਹ ਬਾਬੇ ਨੇ ਵੀ ਕੋਈ ਆਹ ਥੋੜ੍ਹੀ ਜਿਹੀ ਰਕਮ ਜੋੜੀ, ਉਹਦੇ 'ਚ ਮੈਂ 2 ਲੱਖ ਰੁਪਇਆ ਉਸ ਨੂੰ ਇਨਾਮ ਦੇ ਦਿੰਦਾ। ਮਨ ਦੱਸੇ ਲਾਈਨ ਬਰੀਡ ਕਿਹੜੀ ਜਗ੍ਹਾ 'ਤੇ ਗਈ? ਉਹ ਦਾਇਰੇ ਜੋ ਇੰਨੇ ਦੱਸ ਰਹੇ ਹੈ, ਉਹ ਲਾਈਨ ਬਰੀਡਰ ਦੇ ਦਾਇਰੇ ਦੱਸਣ ਵਾਲੇ ਜਿਹੜੇ ਨੇ ਨਾ ਬੇਟੇ, ਉਹ ਦਾਇਰੇ ਦੇ ਸਭ ਨੂੰ ਪਤਾ ਹੈ, ਅਸਲ ਦਾਇਰੇ ਬੇਟੇ 2 ਹੀ ਨੇ। ਅਸਲ ਦਾਇਰੇ ਬਿਲਕੁਲ 2 ਹੀ ਨੇ, ਜਿਹੜੇ ਤੁਸੀਂ ਪਹਿਲੇ ਗੱਲ ਮੇਰੇ ਨਾਲ ਕਰਦੇ 2 ਹੀ ਦਾਇਰੇ ਨੇ, ਜਿਸ ਤੋਜਾ ਦੇਣੀ ਚਾਹੀਦੀ ਨੂਰ ਦੇ ਨਾਲ ਤੇ ਆਖਰੀ ਦਾਇਰਾ ਵਿੱਚ ਜਿਹੜਾ ਨਾ ਚੱਕਰ ਹੀ ਨੀ ਬੇਟੇ। ਸਹੀ ਹੋ ਗਿਆ। ਨਹੀਂ ਅਗਰ ਹੁਣ ਤੁਸੀਂ ਇਹ ਹਰ ਵੀਡੀਓ 'ਚ ਤੁਸੀਂ ਇੱਕੋ ਹੀ ਗੱਲ ਕੀਤੀ ਹੈ ਕਿ 5 ਦਾਇਰੇ ਇੱਧਰ ਤੇ 5 ਦਾਇਰੇ ਇੱਧਰ, ਦਾਇਰੇ ਹੁੰਦੇ ਨੇ ਅਸਲ ਦਾਇਰੇ ਬੇਟੇ 2 ਨੇ, ਵਿੱਚ ਸਾਰਾ ਚੱਕਰ ਹੀ ਹੈ ਨਾ, ਅਸਲ 2 ਦਾਇਰਿਆਂ ਨੂੰ ਪਛਾਣੋ। ਸਹੀ ਹੋ ਗਿਆ। ਉਹ ਜੋ ਜਿਹੜੀ ਉਹ ਜੋ 3 ਦਾਇਰੇ ਨੇ ਨਾ, 3 ਦਾਇਰੇ ਉਹ ਇੰਨੀਆਂ ਮਹਿੰਗੀਆਂ ਨਹੀਂ ਦਿੰਦੇ, ਕਿਉਂਕਿ ਉਹ ਚੇਂਜ ਹੁੰਦੇ ਰਹਿੰਦੇ ਨੇ, ਰੰਗ ਚੇਂਜ ਹੋ ਗਿਆ, ਉੱਡ ਗਿਆ ਤਾਂ ਚੇਂਜ ਹੋ ਗਿਆ, ਕਮਰੇ 'ਚ ਵਰ ਗਿਆ ਤਾਂ ਚੇਂਜ ਹੋ ਗਿਆ। ਆਹ ਗੱਲ ਤੁਸੀਂ ਬੜੀ ਅੱਛੀ ਕੀਤੀ ਹੈ, ਅਸਲ 2 ਦਾਇਰੇ ਨੇ ਬੇਟੇ, ਲੇਕਿਨ ਮਨ ਲਾਈਨ ਬਰੀਡ ਦੱਸ ਦਿਓ ਤਾਂ ਮੇਰੇ ਕੋਲ 2 ਲੱਖ ਰੁਪਏ ਲੈ ਲਓ ਨਾ, ਇਹ ਜਿਹੜੇ 12-14-18-20 ਦਾਇਰੇ ਦੱਸਦੇ ਪਏ ਨੇ ਖੇਡਦੇ ਨੇ ਇੱਧਰ ਉੱਧਰ, ਉਹ ਮਨ ਦੱਸ ਦੇਣ ਮੈਂ ਮੰਨ ਜਾ, ਤੇ ਜਿਹੜੇ ਦੱਸਦੇ ਪਏ ਮੈਨੂੰ ਆਪ ਘਰ ਬੁਲਾਉਂਦੇ ਪਏ ਨੇ। ਸਹੀ ਹੋ ਗਿਆ। ਬੁਲਾਇਆ ਕਿ ਨਹੀਂ? ਮੈਂ ਬੁਲਾਇਆ ਉਹਨਾਂ। ਤੁਸੀਂ ਗਏ ਹੋ? ਗਿਆ ਮੈਂ, ਕਸੂਰ ਗਿਆ ਉਹਨਾਂ ਕੋਲ। ਸਹੀ ਹੋ ਗਿਆ। 3 ਵੀਡੀਓ ਨੇ, ਯਾਨੀ ਕਿ ਪਹਿਲੇ ਤੁਹਾਨੂੰ ਬੁਲਾਇਆ, ਮਨ ਬੁਲਾਇਆ। ਅੱਛਾ, ਤੇ ਉੱਥੇ ਕਬੂਤਰ ਮੈਂ ਉਹਨਾਂ ਦੇ ਕੋਲ ਪਾਰ ਕੀਤੇ, ਅੱਧੇ ਮੈਂ ਉਹਨਾਂ ਨੂੰ ਉੱਥੇ ਵੀ ਕਿਹਾ ਮੈਂ ਅੱਧੇ ਤੁਹਾਡੇ ਖਰਾਬ ਨੇ। ਅੱਛਾ, ਮੈਂ ਮੂੰਹ ਤੇ ਕਿਹਾ, ਜਿਵੇਂ ਮੈਂ ਕਿਹਾ ਉਹਦੇ ਸ਼ਗਿਰਦ ਨੂੰ ਵੀ ਐਨਕ ਮੈਂ ਪਾਈ ਹੋਈ ਹੈ, ਐਨਕਾਂ ਦਾ ਕੰਮ ਕਰਦਾ, ਐਨਕ ਉਹਦੀ ਬਣੀ। ਸਹੀ ਹੋ ਗਿਆ। ਤੇ ਉਹ ਮੈਂ ਦੱਸਦੇ 2 ਲੱਖ ਰੁਪਏ ਲੈ ਲਏ, ਕੋਈ ਬਰੀਡ ਕਿਹੜੀ ਜਗ੍ਹਾ, ਐਵੇਂ ਦਾਇਰੇ ਦੁਬਈ ਜਾ ਰਹੇ ਹੋ, ਦਾਇਰੇ ਆਂ ਜਾਂ ਦਾਇਰੇ ਆਂ, ਉਹਦੇ ਬੱਚਿਆਂ ਨੂੰ ਵੀ ਪਤਾ ਦਾਇਰੇ ਆਂ ਦਾ, ਉਹਦੇ ਅੱਗੇ ਬਰੀਡ ਦੱਸੋ ਕਿਹੜੀ ਜਗ੍ਹਾ ਤੇ। ਨਹੀਂ ਬਾਬਾ ਜੀ ਵੇਖੋ, ਸਾਡਾ ਸਵਾਲ ਉੱਥੇ ਹੀ ਹੈ ਕਿ ਹੁਣ ਤੁਸੀਂ 2 ਦਾਇਰਿਆਂ ਤੇ ਆ ਗਏ, ਵਿੱਚ ਚੱਕਰ ਪਾਤਾ ਹੈ, ਪਹਿਲੇ 5 ਦਾਇਰੇ ਸੀ, ਦਾਇਰੇ 5 ਹੀ ਨੇ, ਵਿੱਚ ਜਿਹੜੇ 3 ਦਾਇਰੇ ਉਹ ਇੰਨੀ ਅਹਿਮੀਅਤ ਨਹੀਂ ਦਿੰਦੇ ਬੇਟੇ, ਜਦੋਂ ਅਹਿਮੀਅਤ ਨਹੀਂ ਦਿੰਦੇ ਦਾਇਰੇ 2 ਨੇ, ਫਿਰ 3 ਦਾ ਕੀ ਰੋਲ ਹੈ? ਦਾਇਰੇ ਤੋਂ ਉਹਦੇ ਵਿੱਚ, ਦਾਇਰਿਆਂ ਦੇ ਵਿੱਚ ਗੱਲਬਾਤ ਹੈ ਪਰ ਇੰਨੀ ਨਹੀਂ ਹੈ, ਯਾਨੀ ਕਿ 2 ਰਿੰਗ ਉਹਦੇ ਪੱਕੇ ਨੇ, ਉਹ 2 ਨੂਰ ਦੇ ਨਾਲ ਵੀ ਐਂਡ ਵਾਲਾ ਵੀ ਰਿੰਗ ਪੱਕਾ ਹੈ, ਪੱਕਾ ਪੱਕਾ ਵੀ ਪੱਕਾ, ਤੇ ਵਿਚਲੇ ਨਹੀਂ ਪੱਕੇ ਕਬੂਤਰ ਖਰਾਬ ਹੈ? ਨਹੀਂ ਉਹ ਕਬੂਤਰ ਦੇ ਵਿੱਚ ਖਰਾਬੀ ਨਹੀਂ ਹੈ, ਉਹਦੇ ਵਿੱਚ ਹਿਸਾਬ ਤਾਂ ਕੁਛ ਹੋਰ ਹੈ। ਨਹੀਂ ਬਾਬਾ ਜੀ ਇਹ ਤੁਸੀਂ ਅੱਜ ਤੁਹਾਡੇ ਕੋਲ ਆਏ ਆ, ਤੁਸੀਂ ਹਿਸਾਬ ਕਿਤਾਬ ਦਿਓ, ਤਲਖ ਇੰਟਰਵਿਊ ਹੋਏਗਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਅੱਗੇ ਇੱਕ ਵਾਰੀ ਗੱਲ ਕਰ ਬੈਠਾ, ਉਹ ਵਿਚਲਾ ਸੈਂਟਰ ਦੇ ਜਿਹੜੇ ਨੇ ਨਾ ਦਾਇਰੇ ਜ਼ਰੇ, ਉਹ ਜਿਸ ਨੇ ਇੱਕ ਸੈਂਟਰ ਤੇ ਕਹਿੰਦੇ ਨੇ ਨਾ, ਇੱਕ ਸੈਂਟਰ ਤੇ ਮੱਧਮ ਨੇ ਤੇ ਇੱਕ ਤੇਜ਼ ਨੇ, ਉਹ ਕਬੂਤਰ ਕਹਿੰਦੇ ਨੇ ਨਾ ਬਾਹਰ ਬਹਿ ਕੇ ਆਉਂਦਾ, ਇਹ ਚੂੜੇ ਦਾਇਰਾ ਕੱਟਿਆ ਹੁੰਦਾ, ਇਹ ਦਾਇਰਾ ਕੱਟ ਕੇ ਤੇ ਬਾਹਰ ਬਹਿ ਕੇ ਆ ਜਾਂਦਾ, ਉਹ ਅਸਲ ਗੱਲ ਜਿਹੜੀ ਉਹ ਬਾਬੇ ਦੀ ਗੱਲ ਜੋ 100% ਸੱਚ ਹੈ, ਉਹ ਬੱਚਾ ਜਿਹੜਾ ਨਾ ਇਸ ਤਰ੍ਹਾਂ ਜਾਏਗਾ, ਇਸ ਤਰ੍ਹਾਂ ਬੈਠੇਗਾ ਜਿਹਦਾ ਇੱਕ ਸਾਈਡ ਦਾ ਮੱਧਮ ਦਾਇਰਾ। ਨਹੀਂ ਅਗਰ ਉਹਦਾ ਦਾਇਰਾ ਕੱਟਿਆ ਤੇ ਉਹ ਬਾਹਰ ਬਹਿ ਕੇ ਆ ਰਿਹਾ ਤੇ ਝੂਠ ਹੈ, ਕੱਟਿਆ ਤਾਂ ਤਲਕ ਹੀ ਕੋਈ ਉਹਦੇ ਨਾਲ। ਅੱਛਾ, ਉਹ ਜਿਹੜਾ ਬਾਹਰ ਬਹਿ ਕੇ ਆਉਂਦਾ ਜਿਹੜਾ ਨਿਕਲ ਜਾਂਦਾ ਬੱਚਾ, ਉਹਦਾ ਉਹਦੀ ਇੱਕ ਅੱਖ ਦਾ ਮੱਧਮ ਹੁੰਦੇ ਦਾਇਰੇ ਸੈਂਟਰ ਵਾਲੇ।
ਸਹੀ ਹੋ ਗਿਆ ਬੜੇ ਹੋਰ ਕਈ ਬਿਮਾਰੀ ਚਾ ਦਿੰਦੇ ਨੇ ਉਹਦਾ ਵੀ ਪਤਾ ਲੱਗ ਜਾਂਦਾ ਜੋੜਾਂ ਦੇ ਉੱਤੇ ਪਰਾਂ ਦੇ ਉੱਤੇ ਨਹੀਂ ਯਾਰ ਇਹ ਆਉਂਦਾ ਚੋ ਮਹੀਨੇ ਵਾਪਸ ਆਉਂਦਾ ਇਹ ਬੇਟੇ ਬੜਾ ਕੰਮ ਚਾਹੀਦਾ ਤੁਹਾਨੂੰ ਇਹ ਪ੍ਰੈਕਟਿਸ ਚਾਹੀਦੀ ਹੈ ਉਹਦਾ ਬਿਮਾਰੀ ਚ ਵੀ ਆ ਜਾਂਦਾ ਉਹ ਕੰਮ ਲੇਕਿਨ ਹੋਰ ਪਾਸੇ ਵੀ ਅਗਲੇ ਦਾ ਚਾਰਜ ਉਹਨਾਂ ਤੇ ਤਜਰਬਾ ਕੀਤਾ ਜੀ ਇਸ ਤੇ ਇੰਤਹਾ ਦਾ ਉਹ ਅੱਛਾ ਉਹ ਕਬੂਤਰ ਫਿਰ ਜੋੜੇ ਨੀ ਲਾਈਦਾ ਉਹਨੂੰ ਕੋਈ ਠੀਕ ਕਰਨ ਦਾ ਤਰੀਕਾ ਹੀ ਕੋਈ ਨੀ ਜਿਹਦੀ ਇੱਕ ਅੱਖ ਹੋਰ ਇੱਕ ਅੱਖ ਹੋਰ ਮੈਂ ਕਹਿੰਦਾ ਚੰਗੇ ਤੋਂ ਚੰਗੇ ਕਬੂਤਰ ਦਾ ਵੀ ਸਤਿਆਨਾਸ਼ ਕਰ ਦੇਗਾ ਇਹ ਤੇ ਰੱਬੀ ਹੋ ਗਿਆ ਨਾ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਹੋ ਗਿਆ ਨਹੀਂ ਉਹ ਕਬੂਤਰ ਚ ਆਉਂਦਾ ਫਾਲਟ ਕਈ ਬਿਮਾਰੀ ਚ ਆ ਜਾਂਦੇ ਕਈ ਮੌਸਮ ਦੀ ਵਜ੍ਹਾ ਆ ਜਾਂਦੇ ਉਹ ਫਿਰ ਬੇਟੇ ਹੋਰ ਪਾਸੋਂ ਵੇਖ ਲਏ ਪਰਾਂ ਲੋ ਜੋੜਾਂ ਨੂੰ ਹੱਡੀ ਗਏ ਹਰ ਚੀਜ਼ ਦੀ ਤਰਫ਼ ਪੂਰਾ ਪੂਰਾ ਤਾਂ ਫਿਰ ਠੀਕ ਹੈ ਉਹ ਬਿਮਾਰੀ ਚ ਆ ਗਿਆ ਫਿਰ ਉਹ ਬਿਮਾਰੀ ਚ ਆ ਗਿਆ ਫਿਰ ਲਾ ਲੈ ਪ੍ਰੈਕਟਿਸ ਚਾਹੀਦੀ ਨਾ ਇੱਥੇ ਤਾਂ ਕੋਚ ਨਾ ਬੇਟੇ ਬੜਾ ਬੜਾ ਤਜਰਬਾ ਚਾਹੀਦਾ ਨਹੀਂ ਹੁਣ ਅਸੀਂ ਇਹ ਚਾਹ ਰਹੇ ਹਾਂ ਕਿ ਤੁਸੀਂ ਸਾਡੀ ਆਡੀਅੰਸ ਨੂੰ ਦੱਸ ਦਿਓ ਜੋੜੇ ਲਾਣਾ ਇੰਨਾ ਮੁਸ਼ਕਲ ਕੰਮ ਨਹੀਂ ਹੈਗਾ ਕੋਈ ਮੁਸ਼ਕਲ ਨਹੀਂ ਖੁਦ ਵੀ ਲਾ ਸਕਦੇ ਨੇ ਕਿ ਥੋੜੀ ਜਿਹੀ ਹਿੰਟ ਵੀ ਦਿਓ ਨਾ ਮੈਂ ਗੱਲ ਸੁਣਾਉਣਾ ਬਾਹਰਲੇ ਮੁਲਕ ਵਾਲੇ ਜਿਹੜੇ ਬੰਦੇ ਨੇ ਪੀਂਦੇ ਨੇ ਮੇਰਾ ਬੱਚਾ ਕੈਦ ਵਿੱਚ ਹਾਂਜੀ ਮੇਰੇ ਕੋਲ ਫੰਡ ਨਹੀਂ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਅੱਲਾ ਪਾਕ ਤੁਹਾਨੂੰ ਰਿਜ਼ਕ ਦੇ ਲੇਕਿਨ ਵੈਸੇ ਕਹਿ ਰਿਹਾ ਦੁਬਈ ਅਰਬ ਦਾ ਇਲਾਕਾ ਕੋਏਟ ਮੈਂ ਤਾਂ ਫੋਨ 'ਚ ਰਾਬਤਾ ਕਰ ਰਿਹਾ ਮੈਂ ਪੈਸਾ ਮੈਂ ਆਪਣੇ ਬੱਚੇ ਨੂੰ ਛੁਡਾਉਣਾ ਉਹਨਾਂ ਪੈਸਾ ਮੇਰੇ ਕੋਲ ਮੰਗਿਆ ਮੈਂ ਤੁਹਾਨੂੰ ਉਹ ਦੱਸਾਂ ਤੁਸੀਂ ਕਹਿ ਹੋਇਆ ਬਾਬਾ ਜੀ ਅਸੀਂ ਇੱਕ ਮਿੰਟ ਦੇ ਵਿੱਚ ਲਾ ਲਏ ਦੋ ਮਿੰਟ ਤਿੰਨ ਮਿੰਟ ਦੇ ਵਿੱਚ ਅਸੀਂ ਚੈਂਪੀਅਨ ਬਣ ਗਏ ਸਹੀ ਹੋ ਗਿਆ ਅਸੀਂ ਸਾਰੇ ਜੋੜੇ ਲਾ ਲੈਂਦੇ ਹਾਂ ਕਿ ਇਹ ਗੱਲ ਅੱਜ ਹੀ ਪਤਾ ਲੱਗੀ ਹੈ ਤਾਂ ਤੁਸੀਂ ਮਨ ਖੂਨ ਇੱਕੋ ਕਿ ਬਾਬਾ ਜੀ ਸਾਡੇ ਚੈਂਪੀਅਨ ਕਬੂਤਰ 'ਚ ਗੱਲ ਆ ਗਈ ਹੈ ਉਹ ਗੱਲ ਕੀ ਹੋ ਸਕਦੀ ਹੈ ਕਿ ਥੋੜੀ ਜਿਹੀ ਮੈਂ ਚੈਂਪੀਅਨ ਦੱਸਾਂਗਾ ਗੱਲ ਤੇ ਮੈਂ ਦੱਸ ਦਿਆਂਗਾ ਨਾ ਉਹਨਾਂ ਜਿੰਨੇ ਮੈਨੂੰ ਰਕਮ ਦੇਣੀ ਹੋਵੇ ਤੇ ਰਕਮ ਮੈਂ ਦੇਣੀ ਤੇ ਮੈਂ ਕੁਛ ਨਹੀਂ ਕਰਿਆ ਮੇਰਾ ਇਮਾਨ ਹੈ ਕਿਆਮਤ ਰੋਜ਼ ਮੇਰਾ ਨਾ ਗਿਰੇਬਾਨ ਫੜਨਾ ਇੱਥੋਂ ਕਿ ਬਾਬਾ ਜੀ ਤੁਸੀਂ ਵਿੱਚੋਂ ਇੱਕ ਗੱਲ ਛੁਪਾ ਲਈ ਨਹੀਂ ਮੈਂ ਛੁਪਾਵਾਂਗਾ ਮੈਂ ਨਹੀਂ ਛੁਪਾਵਾਂਗਾ ਮੇਰਾ ਇਮਾਨ ਹੈ ਤੁਸੀਂ ਦੇਵਾਂਗਾ ਔਰ ਤੁਸੀਂ ਚੰਬੀ ਜੋੜੇ ਲਾਓਗੇ ਸਹੀ ਹੋ ਗਿਆ ਹਾਲੇ ਤੱਕ ਪੂਰੀ ਪੂਰੀ ਦੁਨੀਆ ਦੇ ਕਿਸੇ ਵੀਡੀਓ 'ਚ ਨਹੀਂ ਆਈ ਅਤੇ ਨਾ ਕਿਸੇ ਦੱਸੀ ਗੱਲ ਇੱਕ ਗੱਲ ਨਹੀਂ ਹੈ ਪੰਜ ਗੱਲਾਂ ਦੱਸਾਂਗਾ ਪੰਜ ਗੱਲਾਂ ਤੁਸੀਂ ਅੱਧੇ ਘੰਟੇ 'ਚ ਦੱਸੋਗੇ ਜੀ ਬਾਬਾ ਜੀ ਤੁਸੀਂ ਜੋੜਾ ਬਾਅਦ ਤੁਸੀਂ ਮਜ਼ਾ ਆ ਗਿਆ ਮੇਰਾ ਜੋੜਾ ਹੀ ਲੱਗ ਗਿਆ ਤੁਸੀਂ ਸਾਰੇ ਜੋੜੇ ਲਾ ਲਓਗੇ ਤੁਸੀਂ ਦਰਬੀ 'ਚ ਕਬੂਤਰ ਲਿਆਓਗੇ ਲੇਕਿਨ ਬੇਟੇ ਮੇਰੇ ਕੋਲ ਉਹ ਗੱਲ ਕੋਈ ਨਹੀਂ ਹੈ ਮੈਂ ਨਾ ਤੇ ਮੈਂ ਮੁਫਤ ਵੀ ਦੇ ਦਿੰਦਾ ਲੇਕਿਨ ਮੁਖਾਲ ਪਾਰਟੀ ਨੇ ਮੇਰੇ ਕੋਲ ਰਕਮ ਹੋਊਗੀ ਬੇਟੇ ਮੈਂ ਆਪਣੇ ਬੱਚੇ ਛੁਡਾਉਣਾ ਅੱਲਾ ਪਾਕ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ ਮਿਹਰਬਾਨੀ ਬੇਟੇ ਲੇਕਿਨ ਮੈਂ ਦੁਨੀਆ ਆਪ ਬਣੇਗੀ ਔਰ ਤੁਸੀਂ ਆਪ ਖੁਦ ਤੋਂ ਬੰਦਾ ਕਹੇਗਾ ਕਿ ਬਾਬੇ ਕੋਲ ਇੰਨਾ ਵੱਡਾ ਫਨ ਨੇ ਕਿ ਮੈਂ ਆਪਣੇ ਚੰਬੀ ਮੇਰੇ ਕਬੂਤਰ ਨੇ ਬਾਹਰਲੇ ਮੁਲਕ ਮੈਂ ਬੈਠਾ ਆਪਣੇ ਚੰਬੀ ਕਬੂਤਰ ਨੂੰ ਕੱਢ ਲਿਆ ਯਾਨੀ ਕਿ ਉਹ ਚੰਬੀ ਕਬੂਤਰ ਕੱਢ ਕੇ ਫਿਰ ਦੋ ਲੋਕਾਂ ਦੇ ਕੱਢੇਗਾ ਚੰਬੀ ਫਿਰ ਜੋੜੇ ਲਾਏਗਾ ਚੰਬੀ ਨਹੀਂ ਦੇਖੋ ਮੈਂ ਰਾਬਤਾ ਕਰਾਂ ਮੈਂ ਕਰਾਂ ਬੇਟੇ ਦੇਣਾ ਕਹਿੰਦਾ ਮੈਂ ਅਸਾਤ ਕਰਨਾ ਲੇਕਿਨ ਮੈਂ ਬੇਟੇ ਮੇਰੇ ਕੋਲ ਹੋਰ ਅਸਾਤ ਤਾਂ ਕੋਈ ਨਹੀਂ ਬੱਚੇ ਛੁਡਾਉਣੇ ਤੇ ਬਾਬਾ ਜੀ ਦੇਖੋ ਅੱਲਾ ਪਾਕ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ ਓਕੇ ਜੀ ਬਾਬਾ ਜੀ ਇਜਾਜ਼ਤ ਦਿਓ ਪਾਕਿਸਤਾਨ ਮਿਹਰਬਾਨੀ ਨਾ ਬੜੀ ਖੁਸ਼ੀ ਬੇਟੇ ਅੱਲਾ ਤਾਲਾ ਤੁਹਾਨੂੰ ਮਸਾਇਆ ਬਣਾਏ ਤੁਹਾਡੇ ਮਾਂ ਬਾਪ ਨੂੰ ਵੀ